ਦੋਸਤ ਲੋਕ ਕਹਿੰਦੇ ਯਾਰ ਮੇਰੇ ਜਿੱਥੇ ਮੈਂ ਰਹਿੰਦਾ ਉੱਥੇ 8 ਫੁੱਟ ਦੀ ਗਲੀ ਹੈਗੀ ਤੇ ਉਹਨਾਂ ਨੇ 8-8 ਫੁੱਟ ਦੇ ਬੈਠੇ ਉਹ ਤੁਹਾਡਾ 5-7 ਕਹਿੰਦਾ ਉੱਥੇ ਲੰਘਣਾ ਹੋ ਗਿਆ ਠੀਕ ਠੀਕ ਤੇ ਕਹਿੰਦਾ ਮੈਨੂੰ ਕਿਸੇ ਨੇ ਇੱਕ ਮਸਲਾ ਦਿੱਤਾ ਕਿਉਂਕਿ ਕੁਰਾਨ ਪਾਕ ਦੀ ਆਇਤ ਹੈਗੀ ਹੈ ਉਹਨਾਂ ਨੇ ਇੱਕ ਅਰਬੀ ਆਇਤ ਲਿਖੀ ਉਹਦਾ ਫਿਰ ਤਰਜਮਾ ਲਿਖਿਆ ਠੀਕ ਉਹ ਮੈਂ ਕਿਹਾ ਨਾਮ ਨਾ ਦੀ ਲਿਖ ਲਿੱਤਾ ਕਿ ਕੁਰਬਾਨੀ ਕੇ ਜਾਨਵਰੋਂ ਕੋ ਜੋ ਘਰ ਮੇ ਸੇਨ ਮੇ ਬੰਨ ਕੇ ਰੱਖੇਗਾ ਉਸਕੋ 10 ਕੁਰਬਾਨੀਆਂ ਦਾ ਸਵਾਬ ਹੋਗਾ ਕਹਿੰਦਾ ਫਿਰ ਵਿੱਚ ਦੋ ਚਾਰ ਬੈਠੇ ਇੱਧਰ ਉੱਧਰ ਹੋਏ ਬੱਚੇ ਤਾਂ ਨਹੀਂ ਨਾ ਫੋਨ ਗਏ ਉਹ ਡਾਕੂਆਂ ਦਾ ਗਰੋਹ ਜਿਹੜਾ ਹੁੰਦਾ ਨਾ ਉਹ ਹੁੰਦਾ ਆਵਾਮ ਨੂੰ ਲੁੱਟਣ ਵਾਸਤੇ ਸਹੀ ਗੱਲ ਡਾਕੂਆਂ ਦਾ ਗਰੋਹ ਆਪਸ ਚ ਨਹੀਂ ਇੱਕ ਦੂਜੇ ਲੁੱਟਮਾਰ ਨਹੀਂ ਕਰਦੇ ਆਪਸ ਚ ਤਾਂ ਵੰਡਦੇ ਨੇ ਠੀਕ ਹੈ ਅਰਬਾਂ ਰੁਪਿਆਂ ਚ ਨਾ ਕੁਰਬਾਨੀ ਹੋ ਰਹੀ ਬੇਸ਼ੱਕ ਹੈ ਸਹੀ ਬੇਸ਼ੱਕ ਹੈ ਸਹੀ ਤੇ ਕੁਰਬਾਨੀ ਦਾ ਮਕਸਦ ਕੀ ਹੈਗਾ ਬੰਦਾ ਇਹਦੇ ਲੱਗਣ ਦੀ ਗੌਰ ਕਰ ਲੈਣਾ ਤੇ ਕੁਰਬਾਨੀ ਦਾ ਮਕਸਦ ਹੈਗਾ ਸੀ ਕਿ ਅਗਰ ਉਹ ਬਾਪ ਹੈਗਾ ਨਾ ਤਾਂ ਅੱਲਾ ਦੀ ਰਜ਼ਾ 'ਤੇ ਰਾਜ਼ੀ ਹੋ ਜਾਵੇ ਬਿਲਕੁਲ ਠੀਕ ਅਤੇ ਜੇ ਪੁੱਤਰ ਹੈਗਾ ਤਾਂ ਬਾਪ ਦੀ ਰਜ਼ਾ 'ਤੇ ਰਾਜ਼ੀ ਹੋ ਜਾਵੇ ਵਾਹ ਵਾਹ ਕਿਆ ਇੱਥੇ ਤਾਂ ਮਾਂ ਅਤੇ ਪਿਓ ਪੁੱਤਰ ਆਪਸ 'ਚ ਬੋਲਦੇ ਨਹੀਂ ਅਲੈਦਾ ਰਹਿ ਰਹੇ ਨੇ ਕੁਰਬਾਨੀ ਕਰ ਲੈਂਦੇ ਨੇ ਅਸਲਾਮੁਅਲੈਕੁਮ ਸੋਹਣੇ ਸੱਜਣੋ ਅਤੇ ਮਿੱਤਰੋ ਬੇਲੀਓ ਤੁਹਾਨੂੰ ਬਹੁਤ ਸਾਰੀਆਂ ਢੇਰ ਈਦ ਦੀਆਂ ਵੱਡੀਆਂ ਮੁਬਾਰਕਾਂ ਔਰ ਵੱਡੀ ਈਦ ਦੀ ਵੱਡੀ ਮੁਬਾਰਕ ਅੱਜ ਈਦ ਦਾ ਦਿਹਾੜ ਹੈ ਔਰ ਜਿੱਥੇ ਜਿੱਥੇ ਮੁਸਲਮਾਨ ਹੈ ਨੇ ਸਾਰੀ ਦੁਨੀਆ 'ਚ ਉਹ ਕੁਛ ਲੋਕਾਂ ਨੇ ਕੱਲ੍ਹ ਈਦ ਮਨਾ ਲਈ ਚੰਨ ਦੇ ਹਿਸਾਬ ਨਾਲ ਸਾਡੇ ਪਾਕਿਸਤਾਨ 'ਚ ਅੱਜ ਈਦ ਹੈ ਅਤੇ ਢੇਰ ਸਾਰੀ ਕੁਰਬਾਨੀ ਵੀ ਜਾਰੀ ਹੈ ਗਲੀ ਮੁਹੱਲੇ 'ਚ ਖੂਨ ਅਤੇ ਲੋਥੜੇ ਅਤੇ ਖੱਲਾਂ ਅਤੇ ਬੱਚਿਆਂ ਦਾ ਰਸ਼ ਅਤੇ ਮੈਂ ਫਿਰ ਸੋਚਿਆ ਕਿ ਅੱਜ ਈਦ ਦੇ ਮੌਕੇ 'ਤੇ ਸ਼ੌਕ ਸਾਹਿਬ ਨੂੰ ਨਾ ਸਿਰਫ ਈਦ ਮੁਬਾਰਕ ਦੇ ਕੇ ਆਈਏ ਬਲਕਿ ਇਹਨਾਂ ਨੂੰ ਲਿਆਈਏ ਕੈਮਰੇ ਦੇ ਸਾਹਮਣੇ ਸੱਜਣਾ ਬੇਲੀਆਂ ਦੇ ਨਾਲ ਗੱਲਬਾਤ ਕਰਨ ਉਹਨਾਂ ਦੀਆਂ ਖੁਸ਼ੀਆਂ ਦੇ ਵਿੱਚ ਸ਼ਰੀਕ ਹੋਣ ਅਤੇ ਮੈਂ ਜਦੋਂ ਗਿਆ ਸ਼ੌਕ ਸਾਹਿਬ ਦੇ ਘਰ 'ਤੇ ਉੱਥੇ ਇਹਨਾਂ ਦਾ ਜਿਹੜਾ ਮੈਂ ਹੁਲੀਆ ਵੇਖਿਆ ਦਿਲ 'ਤੇ ਮੇਰਾ ਕੀਤਾ ਉਹਨੂੰ ਮੈਂ ਰਿਕਾਰਡ ਕਰ ਲਾਂ ਲੇਕਿਨ ਮੈਂ ਫਿਰ ਨਹੀਂ ਕਰ ਸਕਿਆ ਕਿਸੇ ਗੱਲ ਤੋਂ ਅਤੇ ਜਿਵੇਂ ਇਹਨਾਂ ਨੇ ਬਾਹਾਂ ਟੁੰਗੀਆਂ ਸਨ ਇੰਝ ਲੱਗਦਾ ਸੀ ਕਿ ਅੱਜ ਪਤਾ ਨਹੀਂ ਕੀ ਕਰ ਪੈਣਗੇ ਕੰਮ ਅਲੱਗ ਬੱਚੇ ਕਰਨ ਡਏ ਸਨ ਲੇਕਿਨ ਬਾਹਰ ਲੱਗ ਰਿਹਾ ਸੀ ਕਿ ਘਰ ਚੀਜ਼ ਹੈ ਅਤੇ ਸ਼ੌਕ ਸਾਹਿਬ ਨੂੰ ਬੜੀ ਮੁਸ਼ਕਲ ਉੱਥੋਂ ਜਨਾਬ ਕੱਢ ਕਢਾ ਕੇ ਲਿਆਇਆ ਕੱਪੜੇ ਬਦਲੇ ਨੇ ਇਹਨਾਂ ਨੇ ਮਿਹਰਬਾਨੀ ਨਹੀਂ ਤਾਂ ਜਿਵੇਂ ਜਿਹੜਾ ਚਿਰ ਉਹ ਹੀ ਲਾਲ ਹੋਏ ਸਨ ਜੀ ਸ਼ੌਕ ਸਾਹਿਬ ਪਹਿਲੇ ਤਾਂ ਤੁਹਾਨੂੰ ਬਹੁਤ ਸਾਰੀ ਢੇਰ ਸਾਰੀ ਈਦ ਮੁਬਾਰਕ ਹੋਏ ਜਨਾਬ ਸਰ ਜੀ ਤੁਹਾਨੂੰ ਵੀ ਖੈਰ ਮੁਬਾਰਕ ਹੋਵੇ ਅਤੇ ਜਿਹੜੇ ਤੁਸੀਂ ਚੰਦ ਦਿਨ ਪਹਿਲੇ ਦੇਖੇ ਹਾਂ ਤਕਰੀਬਨ ਇੱਕ ਹਫ਼ਤਾ ਪਹਿਲਾਂ ਜੀ ਬਿਲਕੁਲ ਠੀਕ ਨਾ ਲੋਕਾਂ ਨੇ ਯਾਨੀ ਕਿ ਗਲੀਆਂ ਬੰਦ ਕਰ ਲਿੱਤੀਆਂ ਉਹ ਜਾਨਵਰਾਂ ਦੀ ਜਦੋਂ ਖਰੀਦਦਾਰੀ ਸ਼ੁਰੂ ਹੋ ਜਾਂਦੀ ਸਾਡੇ ਦੋਸਤ ਲੋਕ ਕਹਿੰਦੇ ਯਾਰ ਮੇਰੇ ਜਿੱਥੇ ਮੈਂ ਰਹਿੰਦਾ ਉੱਥੇ 8 ਫੁੱਟ ਦੀ ਗਲੀ ਹੈਗੀ ਤੇ ਉਹਨਾਂ ਨੇ 8-8 ਫੁੱਟ ਦੇ ਬੈਠੇ ਉਹ ਤੁਹਾਡਾ 5-7 ਕਹਿੰਦਾ ਉੱਥੇ ਲੰਘਣਾ ਹੋ ਗਿਆ ਠੀਕ ਤੇ ਕਹਿੰਦਾ ਮੈਨੂੰ ਕਿਸੇ ਨੇ ਇੱਕ ਮਸਲਾ ਦਿੱਤਾ ਕਿਉਂਕਿ ਕੁਰਾਨ ਪਾਕ ਦੀ ਆਇਤ ਹੈਗੀ ਹੈ ਉਹਨਾਂ ਨੇ ਇੱਕ ਅਰਬੀ ਆਇਤ ਲਿਖੀ ਉਹਦਾ ਫਿਰ ਤਰਜਮਾ ਲਿਖਿਆ ਠੀਕ ਉਹ ਮੈਂ ਕਿਹਾ ਨਾਮ ਨਾ ਦੀ ਲਿਖ ਲਿੱਤਾ ਕਿ ਕੁਰਬਾਨੀ ਕੇ ਜਾਨਵਰੋਂ ਕੋ ਜੋ ਘਰ ਮੇ ਸੇਨ ਮੇ ਬੰਨ ਕੇ ਰੱਖੇਗਾ ਉਸਕੋ 10 ਕੁਰਬਾਨੀਆਂ ਦਾ ਸਵਾਬ ਹੋਗਾ ਕਹਿੰਦਾ ਫਿਰ ਵਿੱਚ ਦੋ ਚਾਰ ਬੈਠੇ ਇੱਧਰ ਉੱਧਰ ਹੋਏ ਜੋ ਉਹਨਾਂ ਨੇ ਕਹਿੰਦਾ ਲੋਕਾਂ ਨੂੰ ਅਹਿਸਾਸ ਦਵਾਇਆ ਉਹਨਾਂ ਨੇ ਕਿ ਬਈ ਜਿਹੜੀ ਜਿਸ ਦੀਨ 'ਤੇ ਤੁਸੀਂ ਅਮਲ ਪੈਰਾ ਹੋ ਕੇ ਕੁਰਬਾਨੀ ਕਰਨ ਲੱਗੇ ਹੋ ਉਸ ਦੀਨ ਦੇ ਨਾਲ ਇਹ ਵੀ ਗੱਲਾਂ ਸ਼ਾਮਿਲ ਨੇ ਕਿ ਆਪਣੇ ਹਮਸਾਇਆਂ ਦਾ ਮਹੱਲੇਦਾਰਾਂ ਦਾ ਖਿਆਲ ਰੱਖਿਆ ਜਾਏ ਸ਼ੌਕ ਸਾਹਿਬ ਇਹ ਤਾਂ ਪੱਕੀ ਗੱਲ ਹੈ ਕਿ ਈਦ ਦੇ ਦਿਨਾਂ ਦੇ ਵਿੱਚ ਖਾਸ ਤੌਰ 'ਤੇ ਜਿਹੜੇ 2-3 ਦਿਨ ਲੰਘੇ ਨੇ
ਅਤੇ ਉਹ ਬੜੇ ਹੀ ਔਖੇ ਹੋ ਜਾਂਦੇ ਨੇ, ਖਾਸ ਤੌਰ 'ਤੇ ਜਿੱਥੇ ਗਲੀ ਮੁਹੱਲਿਆਂ ਦੇ ਵਿੱਚ ਤੁਸੀਂ ਕਿਸੇ ਨੂੰ ਕਹਿ ਵੀ ਨਹੀਂ ਸਕਦੇ, ਲੜ ਵੀ ਨਹੀਂ ਸਕਦੇ, ਜ਼ਾਹਰ ਈਦ ਦੇ ਜਾਨਵਰ ਨੇ ਲੋਕਾਂ ਨੇ, ਔਰ ਬੱਚੇ ਰਾਤ ਰਾਤ ਪਰ ਜਾਗਦੇ ਜੇ ਉਹਨਾਂ ਦੀ ਹਿਫਾਜ਼ਤ ਵਾਸਤੇ, ਉਹਨਾਂ ਨੂੰ ਲਈ ਲਈ ਫਿਰਦੇ ਜੇ, ਲੇਕਿਨ ਜਿਨ੍ਹਾਂ ਦੇ ਘਰ ਜਿਹੜੇ ਜਾਨਵਰ ਕੁਰਬਾਨ ਕਰਦੇ ਨੇ, ਇਹ ਸੋਚਣ ਵਾਲੀ ਤਾਂ ਉਹਨਾਂ ਦੀ ਗੱਲ ਸੀ ਨਾ ਕਿ ਜਨਾਬ ਜੇ ਤੁਹਾਡੇ ਥਾਂ ਨਹੀਂ ਹੈਗੀ ਤਾਂ ਤੁਸੀਂ ਕੋਈ ਮੁਨਾਸਬ ਇੰਤਜ਼ਾਮ ਕਰੋ ਪਹਿਲੇ। ਤੁਸੀਂ ਮੈਨੂੰ ਇਜਾਜ਼ਤ ਦਿਓ ਕਿ ਮੈਂ ਸੰਜੀਦਾ ਗੱਲ ਕਰ ਲਾਂ। ਤੁਹਾਨੂੰ ਜ਼ਾਹਿਰ ਤੁਹਾਨੂੰ ਅਸੀਂ ਨਾ ਮਜ਼ਾਈਆ ਕਹਿ ਕੇ ਘੋਟਵਾ ਸਕਦੇ ਹਾਂ, ਨਾ ਸੰਜੀਦਾ ਰੋਕ ਸਕਦੇ ਹਾਂ। ਐਕਚੁਅਲ ਨਾ ਅਰਬਾਂ ਰੁਪਿਆਂ 'ਚ ਨਾ ਕੁਰਬਾਨੀ ਹੋ ਰਹੀ। ਬੇਸ਼ੱਕ ਹੈ ਸਹੀ, ਬੇਸ਼ੱਕ ਹੈ ਸਹੀ। ਅਤੇ ਕੁਰਬਾਨੀ ਦਾ ਮਕਸਦ ਕੀ ਹੈਗਾ ਬੰਦਾ ਇਹਦੇ ਲੱਗਣ ਦੀ ਗੌਰ ਕਰ ਲੈਣਾ। ਅਤੇ ਕੁਰਬਾਨੀ ਦਾ ਮਕਸਦ ਹੈਗਾ ਸੀ ਕਿ ਅਗਰ ਉਹ ਬਾਪ ਹੈਗਾ ਨਾ ਤਾਂ ਅੱਲਾ ਦੀ ਰਜ਼ਾ 'ਤੇ ਰਾਜ਼ੀ ਹੋ ਜਾਵੇ। ਬਿਲਕੁਲ ਠੀਕ। ਅਤੇ ਜੇ ਪੁੱਤਰ ਹੈਗਾ ਤਾਂ ਬਾਪ ਦੀ ਰਜ਼ਾ 'ਤੇ ਰਾਜ਼ੀ ਹੋ ਜਾਵੇ। ਵਾਹ ਵਾਹ। ਇੱਥੇ ਤਾਂ ਮਾਂ ਅਤੇ ਪਿਓ ਪੁੱਤਰ ਆਪਸ 'ਚ ਬੋਲਦੇ ਨਹੀਂ, ਅਲੈਦਾ ਰਹਿ ਰਹੇ ਨੇ, ਕੁਰਬਾਨੀ ਕਰ ਲੈਂਦੇ ਨੇ। ਯਾਰ ਜਾਨਵਰ ਹੀ ਹਲਾਲ ਕਰਨਾ ਨਾ। ਹਾਂ ਜਾਂ ਕਹਿੰਦੇ ਤਾਂ ਮੈਨੂੰ ਤਾਂ ਨਹੀਂ ਲੱਗਦਾ ਕਿ ਜਵਾਨ ਜਾਨਵਰ ਦੀ ਜਾਨ ਲਿੱਤੀ ਹੈ ਕੁਰਬਾਨੀ ਕਰੀ। ਉਹਦਾ ਜਿਹੜਾ ਫਲਸਫਾ ਹੈ ਕੁਰਬਾਨੀ ਦਾ, ਅਸਲ ਫਲਸਫਾ ਹੈ ਉਹ, ਉਹਦੇ ਵੱਲ ਧਿਆਨ ਘੱਟ ਹੈ ਲੋਕਾਂ ਦਾ। ਬਿਲਕੁਲ ਅਸ਼ੋਕ ਸਾਹਿਬ, ਬੜੀ ਸੋਹਣੀ ਗੱਲ ਹੈ। ਔਰ ਅਸੀਂ ਇਹ ਦੇਖਦੇ ਹਾਂ ਸਾਡੇ ਆਮ ਜ਼ਿੰਦਗੀ 'ਚ, ਅਸੀਂ ਅਲਹਮਦੁਲਿਲਾ ਕਲਮਾ ਗੋ ਹਾਂ, ਲੇਕਿਨ ਜਿਹੜਾ ਸਾਡਾ ਦੀਨ ਸਾਨੂੰ ਹੁਕਮ ਦਿੰਦਾ ਅਸੀਂ ਉਹਦੇ ਤੋਂ ਬਹੁਤ ਦੂਰ ਹਾਂ। ਤੁਸੀਂ ਇਹ ਮੱਲੇਦਾਰੀ ਦੀ ਗੱਲ ਕਰਦੇ ਪਏ ਹੋ, ਜ਼ਾਹਰ ਹੈ ਜੇ ਕੋਈ ਖਾਮੋਸ਼ ਹੈ ਜਿਹੜੇ ਘਰ ਕੁਰਬਾਨੀ ਨਹੀਂ ਹੋ ਰਹੀ, ਉਹ ਗਰੀਬ ਇਸ ਲਈ ਖਾਮੋਸ਼ ਹੈ ਕਿ ਮੈਂ ਜੇ ਕਿਸੇ ਨੂੰ ਕਹਾਂਗਾ ਭਾਈ ਮੇਰੇ ਸੂਈ ਗੈਸ ਦੇ ਪੈਪ ਨਾਲ ਵਿਹੜਾ ਕਿਉਂ ਬੰਨਿਆ, ਅਤੇ ਉਹਨੇ ਦੂਜੇ ਜਿਹਨੇ ਬੰਨਿਆ ਉਹਨੇ ਲੜ ਪੈਣਾ। ਔਰ ਸਾਡੇ ਸ਼ੌਕ ਸਾਹਿਬ ਇੱਕ ਇਹ ਵੀ ਬੜੀ ਗੱਲ ਜੇ ਕਿ ਲੋਕ ਆਪਣਾ ਬੂਹਾ ਆਪਣੀ ਸਾਈਡ ਸਾਫ਼ ਰੱਖਣ ਦੀ ਕੋਸ਼ਿਸ਼ ਕਰਦੇ ਨੇ, ਅਤੇ ਦੂਜੇ ਦੇ ਬੂਹੇ ਅੱਗੇ ਗੰਦ ਪਾਉਣਾ ਕੋਈ ਉਹਨਾਂ ਨੂੰ ਬੁਰਾ ਨਹੀਂ ਲੱਗਦਾ। ਇਹ ਸਾਡਾ ਬੜਾ ਅਜੀਬ ਜਿਹਾ ਕਲਚਰ ਹੋਇਆ। ਅੱਛਾ ਖਾਸ ਇਹ ਨਾ ਈਦ ਜਿਹੜੀ ਹੈਗੀ ਹੈ ਜਾਂ ਕੋਈ ਵੀ ਇਸਲਾਮੀ ਤਿਉਹਾਰ ਜੀ ਜੀ ਜਾਂ ਜਿਹੜੇ ਵੀ ਮਜ਼ਾਹਬ ਨੇ ਆਪਣੇ ਆਪਣੇ ਤਿਉਹਾਰ ਮਨਾਉਂਦੇ ਨੇ ਨਾ, ਉਹਨਾਂ ਦਾ ਇੱਕ ਖਾਸ ਮਕਸਦ ਹੁੰਦਾ ਸੀ। ਠੀਕ ਹੈ, ਠੀਕ ਹੈ ਨਾ। ਹੁਣ ਤਾਂ ਫਰਾਇਜ਼ ਸਮਝ ਕੇ, ਫਰਜ਼ ਸਮਝ ਕੇ ਕੀਤਾ ਜਾਂਦਾ ਸੀਗਾ। ਬਿਲਕੁਲ ਐਸੇ। ਹੁਣ ਨਾ ਰਸਮ ਸਮਝ ਕੇ ਕੀਤਾ ਜਾਂਦਾ। ਹਾਂ ਹਾਂ ਬਿਲਕੁਲ, ਐਵੇਂ ਬਿਲਕੁਲ ਠੀਕ, ਖਾਣ ਵਾਸਤੇ ਬਹੁਤਾ ਕੰਮ। ਹਾਂਜੀ, ਯਾਨੀ ਕਿ ਨਾ ਤੁਸੀਂ ਦੇਖੋ ਓਨੀ ਜਾਨ ਨਹੀਂ ਹੈਗੀ ਉਹ ਵਿਹੜੇ ਨੂੰ ਲੈ ਕੇ, ਯਾਨੀ ਕਿ ਨਾ ਬਾਹਰ ਨਿਕਲਦੇ ਰਾਤ ਨੂੰ ਬੜੇ ਮਸਾਇਲ ਨੇ ਸ਼ੌਕ ਸਾਹਿਬ। ਸ਼ੌਕ ਸਾਹਿਬ, ਅੱਛਾ ਮੈਨੂੰ ਇਹ ਦੱਸੋ ਕਿ ਸਰਕਾਰ ਨੇ ਬੜੀ ਸਖਤੀ ਕੀਤੀ ਕਿ ਸ਼ਹਿਰ 'ਚ, ਲਾਹੌਰ ਸ਼ਹਿਰ 'ਚ ਸਿਰਫ 8 ਜਗ੍ਹਾ 'ਤੇ ਉਹਨੇ ਹੁਕਮ ਦਿੱਤਾ ਸੀ ਕਿ 8 ਜਗ੍ਹਾ 'ਤੇ ਸਿਰਫ ਕੁਰਬਾਨੀ ਦੇ ਜਾਨਵਰ ਵੇਚੇ ਜਾਣਗੇ, ਮਵੇਸ਼ੀ ਮੰਡੀਆਂ ਲਾਈਆਂ ਜਾਣਗੀਆਂ। ਲੇਕਿਨ ਉਹ ਹੁਣ ਥਾਂ ਥਾਂ 'ਤੇ ਸਾਰ ਗਾਹਕ ਦਾ ਵੀ ਰੌਲਾ ਹੈ, ਫਿਰ ਉੱਥੇ ਪੈਸੇ ਵੀ ਚੰਗੇ ਭਲੇ, ਉਹ ਜਿਹੜੇ ਕੁਰਬਾਨੀ ਦਾ ਜਾਨਵਰ ਲਿਆਉਂਦੇ ਨੇ ਉਹਨਾਂ ਨੂੰ ਪੈਸੇ ਵੀ ਵਾਹਵਾ ਦੇਣੇ ਪੈਂਦੇ ਨੇ, ਪਾਣੀ ਖਰੀਦ ਕੇ ਜਾਨਵਰਾਂ ਨੂੰ ਪਿਆਉਣਾ ਪੈਂਦਾ, ਅਤੇ ਸਰਕਾਰ 'ਤੇ ਆਪਣੇ ਕਿਸੇ ਵੀ ਆਰਡਰ 'ਤੇ ਕੰਮ ਨਹੀਂ ਕਰਾ ਸਕਦੀ। ਠੀਕ ਹੈ, ਇਹ ਤਾਂ ਸਾਬਤ ਹੋ ਗਿਆ। ਸਾਡੇ ਬਾਰੇ ਚ ਗਿਆ ਤੇ ਸਾਡੀ ਇੱਜ਼ਤ ਖਰਾਬ ਹੋ ਗਈ। ਯਾਰ ਕਿਆ ਬਾਤ ਹੈ, ਕਾਨੂੰਨ ਬਣਾਉਣ ਵਾਲਾ ਤੈਨੂੰ ਸਲੂਟ। ਅੱਛਾ ਸ਼ੌਕ ਸਾਹਿਬ, ਮੈਨੂੰ ਇਹ ਦੱਸੋ ਕਿ
ਇਸ ਈਦ 'ਤੇ ਜ਼ਾਹਿਰ ਜਿਵੇਂ ਛੋਟੀ ਅਤੇ ਰਾਤ ਚੰਨ ਰਾਤ ਹੁੰਦੀ ਹੈ ਇਹਦੇ 'ਤੇ ਤਾਂ ਉਹ ਨਹੀਂ ਹੁੰਦੀ, ਲੇਕਿਨ ਇਸ ਦੇ ਬਾਵਜੂਦ ਅਸੀਂ ਵੇਖਦੇ ਹਾਂ ਕਿ ਬੜਾ ਅਸੀਂ ਰੋਣਾ ਪਿੱਟਣਾ ਪਾਉਂਦੇ ਹਾਂ, ਮਹਿੰਗਾਈ ਦਾ ਵੀ ਸਾਰਾ ਕੁਛ ਕਰਦੇ ਹਾਂ, ਲੇਕਿਨ ਫਿਰ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਯਾਰ ਈਦ ਹੈ ਫਿਰ ਕੀ ਕਰੀਏ। ਇਹ ਮੈਨੂੰ ਸਮਝਾਓ ਜ਼ਰਾ ਜਿਹਾ ਕਿ ਅਸੀਂ ਕਿਉਂ ਆਪਣੇ ਦਾਇਰੇ ਤੋਂ ਬਾਹਰ ਜਾਣ ਰਹੇ ਹਾਂ। ਖਾਨ ਸਾਹਿਬ, ਗੱਲ ਹੈਗੀ ਹੈ ਕਿ ਜਦੋਂ ਮੇਰੀ ਇੱਜ਼ਤ ਨਹੀਂ ਨਾ ਹੈਗੀ ਮੁਆਸ਼ਰੇ 'ਚ ਕਿਰਦਾਰ ਦੀ ਵਜ੍ਹਾ ਨਾਲ, ਸਹੀ, ਅਤੇ ਫਿਰ ਮੈਂ ਇਹਨਾਂ ਚੀਜ਼ਾਂ ਦੀ ਵਜ੍ਹਾ ਨਾਲ ਨਾ ਆਪਣੀ ਇੱਜ਼ਤ ਨੂੰ ਬਣਾਉਣ ਦੀ ਕੋਸ਼ਿਸ਼, ਜਾਂ ਲੋਕ ਕੀ ਕਹਿਣਗੇ ਆ। ਮੈਂ ਤੁਹਾਨੂੰ ਰੀਅਲੀ ਹਕੀਕਤ ਗੱਲ ਦੱਸਣ ਲੱਗਾ, ਜੇ ਹਫ਼ਤਾ ਪਹਿਲੇ ਮੇਰਾ ਇੱਕ ਦੋਸਤ ਮੇਰੇ ਕੋਲ ਆ ਗਿਆ। ਅੱਛਾ। ਉਹਦੀ ਜਿਹੜੀ ਬੇਟੀ ਹੈ ਨਾ, ਉਹ ਕਿਸੇ ਅੱਛੇ ਲੋਕਾਂ ਦੇ ਵਿੱਚ ਵਿਆਹੀ ਹੋਈ ਹੈ, ਆਦਤ ਵਾਜ ਵੀ ਬਹੁਤ ਅੱਛੇ, ਉਹਨਾਂ ਨੇ ਬਹੁਤ ਤਾਰੀਫਾਂ ਕੀਤੀਆਂ ਉਹਨਾਂ ਦੀਆਂ। ਸਹੀ। ਉਹ ਪਤਾ ਕਿੰਨੇ ਦੀ ਕੁਰਬਾਨੀ ਦਿੱਤੀ ਸੀ ਉਹਨਾਂ ਨੇ? ਜੀ ਜੀ, 30 ਲੱਖ ਰੁਪਏ ਦੀ। ਮਾਸ਼ਾਅੱਲਾ, ਉਹ ਇਹ ਤਾਂ ਇਸਤਤਾਰ ਦੀ ਗੱਲ ਹੈ। 30 ਲੱਖ ਦੀ, ਤੇ ਉਹਦੀ ਬੇਟੀ ਦੱਸ ਰਹੀ ਸੀ ਵਾਲਦ ਨੂੰ ਕਿ ਉਹ ਕਹਿੰਦੇ ਸੀ 2000 ਬੱਕਰਿਆਂ ਨਾਲ ਹੋਰ ਲੈ ਆਈਏ। ਮਾਸ਼ਾਅੱਲਾ, ਚਲੋ ਇਹ ਤੇ ਅੱਲਾ ਨੇ ਉਹਨਾਂ ਨੂੰ ਜਿਹੜੀ ਇਸਤਤਾਰ ਦਿੱਤੀ ਹੈ। ਮੇਰੇ ਦਿਨ 'ਚ ਨਾ, ਇੱਕ ਇੱਥੇ ਖਿਆਲ ਆ ਗਿਆ, ਮੇਰੇ ਦਿਲ 'ਚ ਖਿਆਲ ਆ ਗਿਆ ਕਿ ਇੱਕ ਦਫ਼ਾ ਇੱਕ ਈਦ ਕੁਰਬਾਨ 'ਤੇ ਅੱਲਾ ਕੋਲ ਮਾਫ਼ੀ ਮੰਗ ਕੇ, ਅਤੇ ਜਿੰਨੇ ਦੀ ਕੁਰਬਾਨੀ ਦੇਣੀ ਅਗਰ ਇੰਨੇ ਹੀ ਇਕੱਠੇ ਕਰ ਲਿੱਤੇ ਜਾਣ ਪੈਸੇ, ਤਾਂ ਸਾਡਾ ਅੱਧਾ ਕਰਜ਼ਾ ਉਤਰ ਸਕਦਾ, ਕਰਜ਼ਾ ਵੀ ਉਤਰ ਸਕਦਾ। ਸ਼ੌਕ ਸਾਹਿਬ, ਇੱਕ ਹੋਰ ਚੀਜ਼ ਤੁਹਾਡੀ ਇਸ ਗੱਲ ਤੋਂ ਮੇਰੇ ਜ਼ਿਹਨ 'ਚ ਆਈ ਕਿ ਜਿਹੜਾ ਬੰਦਾ, ਮਾਸ਼ਾਅੱਲਾ ਅੱਲਾ ਸਾਰਿਆਂ ਨੂੰ ਤੌਫੀਕ ਦੇਵੇ ਜੀ, ਖੁਦਾ ਦੀ ਰਾਹ 'ਤੇ ਬੜਾ ਵੱਡਾ ਇਹਦੇ 'ਤੇ ਇਨਾਮ ਵੀ ਹੈ, ਅਜਰ ਵੀ ਹੈ, ਔਰ ਫਰਾਈਜ਼ ਦੇ ਵਿੱਚ ਸ਼ਾਮਿਲ ਹੈ, ਜਿਹੜਾ ਬੰਦਾ ਇੰਨੇ ਪੈਸਿਆਂ ਦੀ ਕੁਰਬਾਨੀ ਕਰਦਾ, ਠੀਕ ਹੈ, ਮੇਰੇ ਹਿਸਾਬ ਨਾਲ ਤਾਂ ਵੇਖਣ ਦੀ ਇਹ ਲੋੜ ਹੈ ਕਿ ਕਿਆ ਉਹਦੇ ਇਰਦ ਗਿਰਦ ਕੋਈ ਬਦਹਾਲ ਤਾਂ ਨਹੀਂ, ਕਿਆ ਉਹਦੇ ਜਾਣਨ ਵਾਲਿਆਂ 'ਚ ਕੋਈ ਮਾੜਾ ਤਾਂ ਨਹੀਂ, ਜਾਂ ਕਿਆ ਉਹਦੇ ਜਾਣਨ ਵਾਲਿਆਂ 'ਚ ਜਾਂ ਉਹਦੇ ਮੁਲਾਜ਼ਮਾਂ 'ਚ ਕੋਈ ਐਸਾ ਬੰਦਾ ਜਿਹਦਾ ਹਸਪਤਾਲ ਪਿਆ ਹੋਵੇ, ਜਾਂ ਜਿਹਦਾ ਬੱਚਾ ਫੀਸ ਤੋਂ ਪਿਆ ਹੋਵੇ, ਜਾਂ ਜਿਹਦੀ ਕੋਈ ਕੁੜੀ ਵਿਆਹਣ ਵਾਲੀ ਹੋਵੇ ਔਰ ਉਹ ਪੈਸੇ ਦੇ ਹੱਥੋਂ ਨਾ ਕਰ ਸਕਦਾ ਹੋਵੇ, ਤਾਂ ਮੇਰਾ ਖਿਆਲ ਹੈ ਕਿ ਪਹਿਲੇ ਤਾਂ ਇਹ ਧਿਆਨ ਮਾਰਨ ਦੀ ਲੋੜ ਹੈ। ਬਾਕੀ ਤਾਂ ਇਹ ਗੱਲਾਂ ਜਿਹੜੀਆਂ ਕਿ ਉਹ ਜਿਹੜਾ ਜਾਨਵਰ ਤੁਸੀਂ ਕੁਰਬਾਨ ਕਰੋਗੇ ਤੁਹਾਨੂੰ ਪੁਲਿਸ ਰਾਤ ਨਿਕਾ ਦੇਗਾ, ਇਹ ਤੁਸੀਂ ਨਾ ਸਿਸਟਮ ਤੋਂ ਵੀ ਗੱਲ ਕਰਦੇ ਜੇ। ਅੱਛਾ, ਚਲੋ, ਹਾਂਜੀ, ਅਤੇ ਤੁਸੀਂ ਹਮੇਸ਼ਾ ਨਾ ਦੂਸਰੇ ਨੂੰ ਤਕਲੀਫ ਦੇਣ ਵਾਲੀ ਗੱਲ ਕਰਦੇ। ਅੱਛਾ, ਉਹ ਮੇਰੀ ਪਹਿਲੇ ਗੱਲ ਸੁਣੋ, ਠੀਕ, ਇਹ ਜਿਹੜੇ ਉਹਨਾਂ ਦੇ ਜਾਨਵਰ 'ਤੇ ਕੰਧਾਂ ਦੇ ਉੱਤੇ ਚੜ ਕੇ ਪਗਾਨੇ, ਕੰਨਾਂ ਦੇ ਪਗਾਨੇ ਲਾ ਕੇ ਤੇ ਅੱਗੇ ਅੱਗੇ ਟੋਰ ਟੋਰ ਨਾਲ ਚੱਲੀਦਾ, ਬੱਚੇ ਜਾਣੀ ਕਿ ਆਉਂਦੇ ਨੇ ਕਿਸੇ ਦੀ, ਯਾਨੀ ਕਿ ਨਾ ਖਿਦਮਤ ਕਰਕੇ, ਠੀਕ, ਕਿਸੇ ਨੂੰ ਕੀ ਪਤਾ ਲੱਗਣਾ ਕਿ ਇਹਨੇ ਖਿਦਮਤ ਕੀਤੀ ਕਿ ਨਹੀਂ ਕੀਤੀ, ਇਹ ਤੇ ਸਾਰੇ ਠੀਕ ਹੈ ਨਾ। ਫਿਰ ਦੂਸਰੀ ਗੱਲ ਹੈਗੀ ਹੈ ਕਿ ਕੌਣ ਗਰੀਬ 'ਤੇ ਅਹਿਸਾਨ ਕਰਨਾ ਚਾਹੁੰਦਾ? ਅਹਿਸਾਨ ਤਾਂ ਅਮੀਰਾਂ 'ਤੇ ਕੀਤਾ ਜਾਂਦਾ, ਉਹਨਾਂ ਨੂੰ ਗਿਫਟ ਕੀਤੇ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਵੀ ਪਤਾ ਹੁੰਦਾ ਕਿ ਯਾਰ ਗਰੀਬ ਦੀ ਹੈਲਪ ਕਰਾਂਗਾ ਅਤੇ ਗਰੀਬ ਵਿਚਾਰੇ ਨੇ ਮੈਨੂੰ ਕੋਈ ਦੁਆਵਾਂ ਦੇ ਦੀਆਂ ਨਾ, ਸਹੀ, ਅਤੇ ਦੁਆਵਾਂ ਮੈਂ ਆਪ ਵੀ ਹੱਥ ਚੁੱਕ ਕੇ ਮੰਗ ਲੈਂਦਾ, ਇਹਦੇ 'ਚ ਕਿਹੜੀ ਗੱਲ ਹੈ? ਇਹ ਕਿਹੜਾ ਕੋਈ ਮੁਸ਼ਕਲ ਕਰ ਸ਼ੋਅ ਸਾਹਿਬ, ਇਹਨਾਂ ਦਿਨਾਂ ਦੇ ਵਿੱਚ ਅਸੀਂ ਪਿਛਲੀ ਵਾਰੀ ਵੀ ਇੱਕ ਗੱਲ ਕਰ ਰਹੇ ਸਾਂ, ਪਿਛਲੇ ਸਾਲ ਛੋਟੀ ਇਹ ਵੱਡੀ ਈਦ 'ਤੇ ਅਸੀਂ ਇੱਕ ਪ੍ਰੋਗਰਾਮ ਕੀਤਾ ਸੀ ਤਾਂ ਯਾਦ ਹੋਏਗਾ, ਉਹਦੇ ਉੱਤੇ ਸਾਡਾ ਬੜਾ ਜ਼ੋਰ ਰਿਹਾ ਕਿ ਇਹਨਾਂ ਦਿਨਾਂ 'ਚ ਫਰਿੱਜਾਂ ਅਤੇ ਫਰੀਜ਼ਰ ਖਰੀਦਾਰੀ ਦਾ ਬੜਾ ਕੰਮ ਵੱਧ ਜਾਂਦਾ, ਮੈਨੂੰ ਲੱਗਿਆ ਇਸ ਵਾਰੀ ਕੰਮ ਘਟਿਆ ਹੈ, ਇਸ ਵਾਰੀ ਉਂਝ ਨਹੀਂ ਜੇ ਵਧਿਆ। ਅੱਛਾ ਜੀ, ਖਾਲਸਾ, ਵੈਸੇ ਮੈਨੂੰ ਹੈਰਤ ਹੈ, ਜੇ ਕਿੰਨਾ ਬਜਟ ਆਇਆ, ਹਾਂ, ਲੋਕਾਂ ਨੇ ਬਦਦੁਆਵਾਂ ਦਿੱਤੀਆਂ, ਜੇ ਕਿੰਨਾ ਬਜਟ ਬਣਾਉਣਾ, ਝੋਲੀਆਂ ਚੁੱਕ ਚੁੱਕ ਕੇ, ਝੋਲੀਆਂ ਚੁੱਕ ਚੁੱਕ, ਬੇਸ਼ੱਕ, ਠੀਕ ਹੈ ਨਾ, ਬਦਦੁਆਵਾਂ ਦਿੱਤੀਆਂ, ਤੇ ਜੀ ਗਰੀਬ ਵਾਂਗੂ ਖਾਣ ਨੂੰ ਨਹੀਂ ਹੈਗਾ, ਜੇ ਨਹੀਂ ਹੋ ਰਹੀ ਹੈਗਾ, ਤੇ ਤੁਸੀਂ ਈਦ ਤੇ ਦੇਖ ਲਓ ਯਾਰ, ਇੰਨਾ ਪੈਸਾ ਕਿੱਥੋਂ ਆਇਆ, ਲੱਗਦਾ ਹੀ ਨਹੀਂ ਕਿ ਇੰਨੇ ਗਰੀਬ ਹੈ, ਲੱਗਦਾ ਹੀ ਨਹੀਂ ਕਿ ਸਾਡਾ ਕੋਈ ਮੁਲਕ ਗਰੀਬ ਹੈਗਾ ਜਾਂ ਕਿ ਐਸੀ ਹੈਗਾ,
ਯਾਦ ਲੋਕਾਂ ਨੂੰ ਰੋਂਦੀ ਆ ਤੇ ਕਿ ਮਰ ਗਿਆ ਲੁੱਟੇਗਾ ਮਰ ਗਿਆ ਲੁੱਟੇਗਾ, ਤੇ ਜਦੋਂ ਕਹਿੰਦੇ ਸ਼ੋ ਸ਼ੂ ਕਰਨ ਵਾਲੀ ਗੱਲ ਹੁੰਦੀ ਕਿ ਇਹ ਤੁਸੀਂ ਕਹਿੰਦੇ ਤੇ ਕਿ ਜਿਹੜੀ ਕੁਰਬਾਨੀ ਕੁਰਬਾਨੀ ਹੋਈ ਹੈ ਸਹੀ ਰਸਮ ਹੋਈ ਹੈ ਆਹ ਗੱਲ ਨਮਾਇਸ਼ ਕਰਨ ਕਾਫੀ ਹੱਦ ਤੱਕ ਤੁਹਾਡੀ ਗੱਲ, ਹਾਲਾਂਕਿ ਮੈਨੂੰ ਤੁਹਾਡੀਆਂ ਘੱਟ ਹੀ ਇਤਫਾਕ ਹੁੰਦਾ ਤੁਹਾਡੀਆਂ ਗੱਲਾਂ 'ਤੇ, ਲੇਕਿਨ ਇਹ ਗੱਲ ਠੀਕ ਹੈ ਕਿ ਇਹ ਮਜ਼੍ਹਬੀ ਫਰੀਜ਼ਾ ਸੀ ਔਰ ਉਹਦਾ ਆਪਣਾ ਇੱਕ ਫਲਸਫਾ ਹੈ, ਉਹਨੂੰ ਸਮਝੋ ਬਗੈਰ ਅਸੀਂ ਉਹਨੂੰ ਇੱਕ ਰਸਮ ਬਣਾ ਦਿੱਤਾ, ਅਤੇ ਰਸਮ ਤਾਂ ਤੁਹਾਨੂੰ ਪਤਾ ਫਿਰ ਜਦੋਂ ਰਸਮੇ ਦੁਨੀਆ ਵੀ ਹੈ, ਮੌਕਾ ਵੀ ਹੈ, ਦਸਤੂਰ ਵੀ ਹੈ, ਇੰਝ ਤਾਂ ਮਾਮਲਾ ਚੱਲਦੇ ਰਹਿੰਦੇ ਨੇ। ਸ਼ੋਸਾ ਮੈਨੂੰ ਇਹ ਦੱਸੋ ਕਿ ਬਜਟ ਦੀ ਤੁਸੀਂ ਗੱਲ ਕੀਤੀ, ਬਜਟ ਜ਼ਾਹਿਰ ਉਹ ਸਾਰਿਆਂ 'ਤੇ ਹੀ ਅਸਰਅੰਦਾਜ਼ ਹੋਇਆ, ਮੈਨੂੰ ਲੱਗਦਾ ਕਿ ਤੁਸੀਂ ਵੀ ਇਸ ਵਾਰੀ ਜਿਹੜਾ ਨਾ ਚੁਫਾਈਲਰ 'ਤੇ ਤੁਸੀਂ ਨਹੀਂ ਹੈਗੇ, ਇਹ ਤਾਂ ਮੈਨੂੰ ਪਤਾ ਤੁਸੀਂ ਉਹ ਕੈਟਾਗਰੀ 'ਚ ਨਹੀਂ ਹੈਗੇ, ਅਤੇ ਕਿਤੇ ਤੁਸੀਂ ਵੀ ਉਹਦੇ ਉੱਤੇ ਨਹੀਂ ਆਇਓਗੇ ਜਿਹੜਾ 60,000 ਮਹੀਨਾ ਕਮਾਉਣ ਵਾਲਾ ਬੰਦਾ ਹੈ ਉਹਦੇ ਉੱਤੇ ਸਰਕਾਰ ਨੇ ਜਿਹੜਾ ਲਾ ਤਾ 15%। ਯਾਰ ਜਿੰਨਾ ਮਰਜ਼ੀ ਲਾ ਦੇ ਕੀ ਫਿਕਰ ਹੈ, ਹਾਂ ਮੈਂ ਕਿਹੜਾ ਦੇਣਾ ਪਤਾ ਕਿ ਦੇ ਨਹੀਂ, ਹਾਂ ਜਾਂ ਮੈਂ ਉਹਦੇ 'ਚ ਫਾਲ ਹੀ ਨਹੀਂ ਕਰਦਾ, ਲੈਣ ਦੇਣ ਦੀ ਗੱਲ ਹੀ ਨਹੀਂ, ਇਤਫਾਕ ਕਰਨ ਦੀ ਵੀ ਨਹੀਂ ਗੱਲ ਨਹੀਂ, ਜਿਹਨਾਂ ਨੇ ਲੈ ਲੈਣਾ ਉਹਨਾਂ ਨੇ ਲੈ ਹੀ ਲੈਣਾ, ਉਹ ਜਿਹਨਾਂ ਕੋਲ ਲੈਣਾ ਉਹਨਾਂ ਕੋਲ ਕਿਉਂ ਨਹੀਂ ਲੈਣ ਦੇ। ਗੱਲ ਹੈਗੀ ਇਹ ਕਿ ਜੀ ਜਦੋਂ ਕੋਈ ਮਰ ਜਾਏ ਨਾ ਉਦੋਂ ਰੋਣਾ ਹੀ ਪੈਂਦਾ, ਸ਼ਾਦੀ ਹੋਵੇ ਤਾਂ ਹੱਸਣਾ ਹੀ ਪੈਂਦਾ, ਜੋ ਘੂਬਨ ਨੇ ਕਰ ਦਿੱਤਾ ਉਹ ਕਰ ਹੀ ਦਿੱਤਾ, ਮੁਸ਼ਕਿਲ ਇਤਨੀ ਪੜੀ ਕਿ ਆਸਾਨ ਹੋ ਗਈ, ਤੋਂ ਆਸਾਨ ਨਹੀਂ ਹੋਣ ਡਈਆਂ, ਗਵਰਨਮੈਂਟ ਨੇ ਇਹ ਕਰਤਾ, ਗਵਰਨਮੈਂਟ ਨੇ ਇਹ ਕਰ ਦਿੱਤਾ, ਕੋਈ ਅਸਰ ਨਹੀਂ ਹੋ ਰਿਹਾ ਆਵਾਮ ਦੇ ਉੱਤੇ, ਕਿਸੇ ਦੇ ਉੱਤੇ ਕੋਈ ਨਹੀਂ, ਬਾਕੀ ਠੀਕ ਹੈ ਨਾ, ਆਵਾਮ ਦੇ ਉੱਤੇ। ਦਰਅਸਲ ਇਹ ਹੁੰਦਾ ਕਿ 8-10 ਦੋਸਤ ਬੈਠ ਕੇ ਯਾਨੀ ਕਿ ਨਾ ਥੜੇ ਦੇ ਉੱਤੇ ਜਾਂ ਕਿਸੇ ਹੋਟਲ 'ਤੇ ਪਲਾਸਟਿਕ ਦੀਆਂ ਕੁਰਸੀਆਂ 'ਤੇ ਅੱਗੇ ਇੱਕ ਕੱਪ ਚਾਹ ਦਾ ਰੱਖ ਕੇ 60-60 ਰੁਪਏ ਦਾ ਚਾਹ ਪੀਂਦੇ ਨੇ ਔਰ ਉਸ ਕਿਸਮ ਦਾ ਡਰਾਮਾ ਕਰਦੇ ਨੇ, 60 ਰੁਪਏ ਵਾਲੇ ਡਰਾਮਾ ਕਰਦੇ ਨੇ, ਤੇ ਉਹ ਫਿਰ ਮਤਲਬ ਜਿਹੜੇ ਵੱਡੇ ਹੋਟਲਾਂ 'ਚ 2-2.5 ਹਜ਼ਾਰ ਦੀ ਚਾਹ ਪੀਂਦੇ ਨੇ ਉਹ ਉਸ ਹਿਸਾਬ ਨਾਲ ਕਰਦੇ ਨੇ, ਅਤੇ 60 ਵਾਲਾ 60 ਦਾ ਹਿਸਾਬ ਨਾਲ ਕਰਦੇ, ਜਿਹੜੇ 5-star 'ਚ ਉਹ ਕਹਤੇ ਯਾਰ ਜੇ ਨਾ ਉਹ। ਅਸ਼ੋਕ ਸਾਹਿਬ ਤੁਸੀਂ ਵੀ ਤਾਂ ਬਹਿੰਦੇ ਰਹੇ ਉਹਨਾਂ ਨੂੰ, ਜ਼ਿਆਦਤੀ ਕੀ ਯਾਰ ਉਸਦੇ, ਅੱਛਾ ਅੱਛਾ ਯਾਰ ਮੇਰੀ ਬਾਤ ਸੁਣ, ਅੱਛਾ ਅੱਛਾ ਨਹੀਂ ਉਹਨਾਂ ਨੇ ਨਾ ਯਾਰ ਜ਼ਿਆਦਤੀ ਕੀ ਐਸੇ ਨਹੀਂ ਕਰਨਾ ਚਾਹੀਏ ਯਾਰ, ਆਵਾਮ ਦਾ ਖਿਆਲ ਰੱਖਣਾ, ਅਤੇ ਉਹ ਮੰਜੀ ਹੋਟਲ 'ਤੇ ਬੈਠ ਕੇ ਉਹ ਆ ਜਿਹੜਾ ਹੈਗਾ ਨਾ ਇਹਦਾ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ ਉਹਦੀ ਮਾਂ ਦੀ ਉਹਦੀ ਉਹਦੀ ਐਸ ਐਸ ਕਿਸਮ ਦੀ ਕਲਾਸ ਦੀ ਗਾਲ ਕੱਢਦੇ ਨੇ, ਅਤੇ ਇਹਨਾਂ ਦਾ ਵੱਖਰੇ ਇੱਕ ਸ਼ਤਾਨ ਹੈਗਾ, ਯਾਨੀ ਕਿ ਨਾ ਕਲਾਸੀਕਲ ਗਾਲਾਂ ਕੱਢਦੇ ਨੇ। ਅੱਛਾ ਅੱਛਾ ਦੇਖ ਕੇ ਆਪਣਾ ਜਿਹਨਾਂ ਨੂੰ ਗਾਲਾਂ ਕੱਢੀਆਂ ਜਾਂਦੀਆਂ ਉਹਨਾਂ ਨੂੰ ਇਹਨਾਂ ਨੂੰ ਪਤਾ ਨਹੀਂ, ਉਹ ਤਾਂ ਸੋਸ਼ਲ ਮੀਡੀਆ ਦੇਖਦੇ ਹੀ ਨਹੀਂ, ਉਹਨਾਂ ਦੇ ਫਰਿਸ਼ਤੇ ਉਹਨੂੰ, ਉਹ ਕਹਿੰਦਾ ਅਸੀਂ ਨਹੀਂ ਉੱਥੇ ਦੇ, ਸਾਨੂੰ ਪਤਾ ਇੱਥੇ ਕੀ ਐਤਾਂ ਸੁਣਾਈਆਂ ਜਾ ਰਹੀਆਂ ਨੇ, ਅਤੇ ਬੇਈਸੀ ਦਾ ਦੌਰ ਹੈਗਾ ਖਵਾਜਾ ਸਾਹਿਬ। ਅਗਲੇ ਕਹਿੰਦੇ ਨੇ ਕਿ ਜੀ ਅਸੀਂ ਤਾਂ ਉਹੀ ਕਰਨਾ ਜੇ, ਮੈਨੂੰ ਇੱਕ ਸਮਝ ਨਹੀਂ ਲੱਗਦੀ ਹੈਗੀ ਕਿ ਚੀਜ਼ਾਂ ਵਧਾਈ ਜਾਂਦੇ ਨੇ, ਮਹਿੰਗਾਈ ਕਰੀ ਜਾਂਦੇ ਨੇ, ਜਿਹੋ ਜਿਹਾ ਬਜਟ ਆ ਗਿਆ, ਖਲ ਉਤਾਰਨ ਵਾਲਾ ਬਜਟ ਆ ਗਿਆ। ਅੱਛਾ ਕਦੀ ਸਹੂਲਤ ਦੀ ਵੀ ਗੱਲ ਕੀਤੀ, ਸਹੂਲਤ ਉਹਨਾਂ ਕੀਤੀ ਨਹੀਂ, ਪੈਟਰੋਲ ਨਹੀਂ ਘਟਾਇਆ, ਜੇ ਕਹਿੰਦੇ 5 ਰੁਪਏ ਪੈਟਰੋਲ ਘਟਾਇਆ ਅਤੇ 6 ਰੁਪਏ ਉਹ ਯੂਨਿਟ ਵਧਾ ਤਾ ਬਿਜਲੀ ਦਾ, ਉਹ ਬੈਲੈਂਸ ਕੀਤਾ ਨਾ ਉਹਨਾਂ ਨੇ, ਨਹੀਂ ਮੈਂ ਕਹਿੰਦਾ ਗਾ ਕਿ ਸਹੂਲਤ ਯਾਨੀ ਕਿ ਨਾ ਟੈਕਸ ਤਮਾਮ ਦੇਣ ਉੱਥੇ ਜਾਂ ਕਿ ਦੰਦੀ ਸੋਹਣੀ ਲੱਗਦੀ ਹੈ ਜਿੱਥੇ ਆਵਾਮ ਨੂੰ ਸਹੂਲਤ ਵੀ ਉਸ ਤਰ੍ਹਾਂ, ਜਿਵੇਂ ਟੈਕਸ ਵਾਲੇ ਬੰਦੇ ਪਾਏ ਨੇ ਸਰਕਾਰੀ ਮੁਲਾਜ਼ਮ ਜ਼ਿਆਦਾ ਨੇ ਜਾਂ ਦੂਜੇ ਨੇ, ਉਹਨਾਂ ਕੋਲ ਤਾਂ ਇਹਨਾਂ ਨੇ ਗਨ ਪੁਆਇੰਟ 'ਤੇ ਲੈਣਾ ਹੀ ਹੈ। ਮੈਂ ਉਹੀ ਗੱਲ ਕਰ ਰਿਹਾ ਸ਼ੋਸ਼ਾ, ਜਿਨ੍ਹਾਂ ਦੇ ਉੱਤੇ ਲੱਗਣਾ ਚਾਹੀਦਾ ਹਜੇ ਤੱਕ ਨਹੀਂ ਲੱਗਾ, ਜਿਹੜੀ ਜ਼ਰਾਤ ਹੈ ਜਿਹੜਾ ਲੈਂਡ ਲਾਰਡ ਹੈ ਉਹਦੇ ਉੱਤੇ ਤਾਂ ਟੈਕਸ ਕੋਈ ਨਹੀਂ ਲੱਗਾ, ਕਿਉਂਕਿ ਉਹ ਸਾਰੇ ਆਪ ਅਸੈਂਬਲੀਆਂ 'ਚ ਬੈਠੇ ਨੇ। ਕੱਲ੍ਹ ਵੀ ਪਰਸੋਂ 2-3 ਦਿਨ ਪਹਿਲੇ ਦੀ ਗੱਲ ਹੈ, ਅਸੀਂ ਇੱਕ ਸੀਨੀਅਰ ਸਾਫੀ ਤਮਸੀਲਾ ਚਿਸ਼ਤੀ ਸਾਹਿਬ ਨਾਲ ਗੱਲ ਕਰ ਰਹੇ ਸਾਂ ਐਸੇ ਸਟੂਡੀਓ 'ਚ ਬੈਠ ਕੇ, ਅਤੇ ਉਹਨਾਂ ਦਾ ਵੀ ਇਹੀ ਗੱਲ ਕਰਨਾ ਸੀ ਕਿ ਜਿਹਨਾਂ ਕੋਲ ਲੈਣਾ ਉਹਨਾਂ ਕੋਲ ਤੁਹਾਡੀ ਜ਼ਰੂਰਤ ਨਹੀਂ ਹੁੰਦੀ ਜਾਂ ਜ਼ਰੂਰਤ ਐਕਚੁਲੀ ਨਹੀਂ ਹੁੰਦੀ ਕਿ ਉਹ ਤੁਹਾਡੇ ਨਾਲ ਨੇ। ਯਾਰ ਆਪਸ 'ਚ ਤਾਂ ਨਹੀਂ ਨਾ ਖੋਣਗੇ ਉਹ,
ਆਪਣੇ ਮੌਜੂਦ ਈਦ ਤੇ ਹੀ ਆਨੇ ਆ ਅਸੀਂ ਚੁਕੇ ਸਮਝਨੇ ਆ ਕਿ ਅਸੀਂ ਥੋੜਾ ਜਿਹਾ ਅੱਲਾ ਨੇ ਸਾਨੂੰ ਸ਼ੌਰ ਦਿੱਤਾ ਹੈ ਤੇ ਇਸ ਲਈ ਅਸੀਂ ਮੁਖਤਲਿਫ ਚੀਜ਼ਾਂ ਨੂੰ ਗੁਮਾਨ ਹੈਗਾ ਚਲੋ ਤੁਹਾਨੂੰ ਸ਼ੌਰ ਦਿੱਤਾ ਹੈ ਅੱਲਾ ਨੇ ਤੁਹਾਨੂੰ ਗਲਤ ਫਹਿਮੀ ਹੈ ਕਿ ਅਸੀਂ ਚਲੋ ਚੀਜ਼ਾਂ ਨੂੰ ਕੁਛ ਸਮਝ ਕੇ ਉਹਦੇ ਉੱਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨੇ ਹਾਂ ਉਹਦਾ ਕੋਈ ਹੱਲ ਕਰਨ ਦੀ ਕੋਸ਼ਿਸ਼ ਕਰਨੇ ਹਾਂ ਹੱਲ ਦੱਸਣ ਦੀ ਗੱਲ ਕਰਨੇ ਹਾਂ ਅਮੂਮਨ ਸਾਡੀ ਗੁਫ਼ਤਗੂ ਦੇ ਵਿੱਚ ਆਮ ਜਿਹੜੀਆਂ ਗੁਫ਼ਤਗੂ ਅਸੀਂ ਵੇਖਦੇ ਹਾਂ ਜਿਹੜੇ ਹੋਟਲਾਂ ਦੀ ਤੁਸੀਂ ਗੱਲ ਕੀਤੀ ਹੈ ਉੱਥੇ ਹੱਲ ਕੋਈ ਨਹੀਂ ਦੱਸਿਆ ਜਾਂਦਾ ਉੱਥੇ ਸਿਰਫ ਰਾਏ ਦਿੱਤੀ ਜਾਂਦੀ ਹੈ ਔਰ ਮਾਂ ਭੈਣ ਕੀਤੀ ਜਾਂਦੀ ਉਸ ਤੋਂ ਬਾਅਦ ਨਹੀਂ ਸ਼ੌਕਮ ਹੋਣਾ ਈਦ ਦੇ ਉੱਤੇ ਅਰਬਾਂ ਰੁਪਿਆਂ ਦੀ ਕੁਰਬਾਨੀ ਹੋ ਗਈ ਚਲੋ ਅੱਲਾ ਨੇ ਜਿਨ੍ਹਾਂ ਨੇ ਦਿੱਤੀ ਅੱਲਾ ਉਹਨਾਂ ਦੀ ਕਬੂਲੋ ਮਨਜ਼ੂਰ ਫਰਮਾਏ ਅਤੇ ਜੇ ਅਸੀਂ ਵੈਸੇ ਤਾਂ ਇਹ ਬਿਲਕੁਲ ਮਜ਼ਹਬੀ ਜਿਹਾ ਮਾਮਲਾ ਕਿਸੇ ਮੌਲਵੀ ਨੂੰ ਪੁੱਛੋ ਤਾਂ ਉਹਨੇ ਤਾਂ ਤੁਹਾਡੀ ਜਾਨ ਦਾ ਦੁਸ਼ਮਣ ਹੋ ਜਾਣਾ ਕਿ ਤੂੰ ਕੌਣ ਹੁੰਦਾ ਕੁਰਬਾਨੀ ਤੋਂ ਰੋਕਣ ਵਾਲਾ ਲੇਕਿਨ ਕਿਤੇ ਨਾ ਕਿਤੇ ਇੰਝ ਨਹੀਂ ਲੱਗਦਾ ਕਿ ਸਾਨੂੰ ਇਹਨਾਂ ਚੀਜ਼ਾਂ ਤੋਂ ਪਹਿਲੇ ਪਹਿਲੇ ਕੋਈ ਲੋਕਾਂ ਵਾਸਤੇ ਸਰਕਾਰ ਵੱਲੋਂ ਜਾਂ ਸਰਕਾਰ ਸਮੇਤ ਸਾਰਿਆਂ ਲਈ ਕੋਈ ਤੈਅ ਕਰ ਲੈਣਾ ਚਾਹੀਦਾ ਜਿਵੇਂ ਸਾਊਦੀ ਅਰਬ 'ਚ ਬਗੈਰ ਤੁਹਾਡੇ ਉਹਨਾਂ ਦੇ ਹੁਕਮ ਤੋਂ ਤੁਸੀਂ ਖੁਤਬਾ ਨਹੀਂ ਦੇ ਸਕਦੇ ਔਰ ਜਿੰਨੇ ਮਿੰਟ ਕਹਿਣਾ ਜੋਗ ਲਿਖ ਕੇ ਦਿੱਤਾ ਜਾਣਾ ਉਹੀ ਗੱਲ ਕਰਨੀ ਸਾਡੇ ਹਰ ਮਸਜਿਦ 'ਚ ਅੱਲਾ ਦਾ ਕੰਮ ਹੋਣ ਡਿਆ ਅੱਜ ਵੀ ਕਿਸੇ ਦਾ ਕੋਈ ਟਾਈਮ ਹੈ ਕਿਸੇ ਦਾ ਕੋਈ ਟਾਈਮ ਹੈ ਹਰ ਇੱਕ ਨੇ ਆਪਣੇ ਹਿਸਾਬ ਨਾਲ ਕੀਤਾ ਜੀ ਜੀ ਜਿਹੜੀ ਤੁਸੀਂ ਗੱਲ ਕਰਕੇ ਨਾ ਤੇ ਖੌਫ ਜ਼ਦਾ ਵੀ ਹੋ ਗਏ ਜੇ ਕਿਉਂਕਿ ਮੌਲਵੀ ਤੇ ਪੈ ਜਾਂਦੇ ਰਹਿੰਦੇ ਹਾਂ ਬਿਲਕੁਲ ਬਿਲਕੁਲ ਮੈਨੂੰ ਅਸਲ ਕੌਮ ਅਸੀਂ ਨਾ ਮਕਰੂਜ਼ ਹੈਗੇ ਤੇ ਮਕਰੂਜ਼ ਦੇ ਉੱਤੇ ਕੁਰਬਾਨੀ ਜਾਇਜ਼ ਮੈਂ ਤੁਹਾਨੂੰ ਇਹੋ ਹੀ ਪੁੱਛਣਾ ਚਾਹ ਰਿਹਾ ਸਾਹਿਬ ਬੜੀ ਸੋਹਣੀ ਗੱਲ ਕੀਤੀ ਮੈਂ ਚਾਹ ਰਿਹਾ ਸਾਂ ਇੱਕ ਹੋਰ ਸੋਹਣੀ ਤੁਸੀਂ ਤੁਹਾਡੇ ਮੂੰਹੋਂ ਗੱਲ ਨਿਕਲੇ ਤੁਹਾਡੇ ਸੱਜਣ ਬੇਲੀ ਖੁਸ਼ ਹੋ ਜਾਣ ਕਿ ਯਾਰ ਬਹੁਤ ਕਾਬਲ ਆਦਮੀ ਨੇ ਤੁਸੀਂ ਹਾਲਾਂਕਿ ਕਿਹਾ ਨਹੀਂ ਕਿ ਸ਼ੌਰ ਵਾਲੇ ਇਹ ਗੱਲ ਠੀਕ ਹੈ ਤੁਹਾਡੀ ਇਹ ਗੱਲ ਠੀਕ ਹੈ ਸ਼ੌਕ ਸਾਹਿਬ ਇਹ ਬਿਲਕੁਲ ਜੀ ਅੱਛਾ ਦੂਸਰੀ ਗੱਲ ਹੈ ਕਿ ਮੈਂ ਨਾ 26 ਦਿਨ ਗਿਆ ਦੁਬਈ ਠੀਕ ਉੱਥੇ ਮੈਂ ਰਹਿ ਗਿਆ ਬੱਚਿਆਂ ਦੇ ਵਿੱਚ ਉੱਥੇ ਨਾ ਅਜ਼ਾਨ ਦੀ ਆਵਾਜ਼ ਤੋਂ ਇਲਾਵਾ ਮਸਜਿਦ ਦੇ ਵਿੱਚ ਕੋਈ ਹੋਰ ਬਾਹਰ ਕੋਈ ਗੱਲ ਨਹੀਂ ਸੁਣੀ ਠੀਕ ਕਿ ਮੌਲਵੀ ਕੋਈ ਖੁਤਬਾ ਦੇ ਰਿਹਾ ਮੌਲਵੀ ਕੋਈ ਚੰਦਾ ਇਕੱਠਾ ਕਰ ਰਿਹਾ ਤਫਸੀਰ ਦੱਸ ਰਿਹਾ ਜਾਂ ਕੋਈ ਐਸੀ ਗੱਲ ਕਰ ਰਿਹਾ ਚੰਦਾ ਵੀ ਚੰਦਾ ਵੀ ਦੂਸਰੀ ਗੱਲ ਹੈਗੀ ਹੈ ਕਿ ਉਹ ਉਹਨਾਂ ਦੇ ਸਪੀਕਰ ਜਿਹੜੇ ਨੇ ਨਾ ਮਸਜਿਦ ਦੇ ਉਹ ਐਡੇ ਕੁ ਸੋਫਟ ਦੇ ਨਾ ਕਿ ਅਜ਼ਾਨ ਇੰਨੀ ਖੂਬਸੂਰਤ ਲੱਗਦੀ ਹੈਗੀ ਹੈ ਸਹੀ ਕਿ ਬੰਦਾ ਦਾ ਦਿਲ ਕਰਦਾ ਕਿ ਮਸਜਿਦ ਦਾ ਉਹਨੇ ਤੁਰਨਾ ਸ਼ੁਰੂ ਕਰ ਠੀਕ 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 ਹੈ ਨਾ ਤੁਸੀਂ ਇੱਥੋਂ ਦੇ ਮਸਜਿਦ ਦਾ ਇੱਥੇ ਤਾਂ ਇੱਕ ਮੌਲਵੀ ਜਿਹੜਾ ਬੋਲਦਾ ਪਹਿਲਾਂ ਠੱਕ ਠੱਕ ਕਰਦਾ ਉਦੋਂ ਕੰਨਾਂ ਦੇ ਵਿੱਚ ਆਵਾਜ਼ ਵੱਜਦੀ ਹੈਗੀ ਉਹਦੀ ਅੱਛਾ ਫਿਰ ਉਹ ਬਹੁਤ ਘੱਟ ਮਸਜਿਦਾਂ ਦੇ ਵਿੱਚ ਨਾ ਸੁਰ ਦੇ ਵਿੱਚ ਅਜ਼ਾਨ ਦਿੱਤੀ ਜਾਂਦੀ ਅੱਛਾ ਜਿਹੜਾ ਨਲਾਇਕ ਜਿਹਾ ਹੁੰਦਾ ਉਹ ਯਾਨੀ ਕਿ ਨਾ ਫਿਰ ਕਹਿੰਦਾ ਚਲੋ ਉਹ ਤੇ ਉਹਦੀ ਨੀਯਤ ਅੱਲਾ ਪਾਕ ਉਹਨੂੰ ਬਹੁਤ ਜ਼ਿਆਦਾ ਦਰਜਾ ਦੇਗਾ ਯਕੀਨਨ ਦੇਗਾ ਕਿਉਂਕਿ ਉਹ ਇਸ ਤਰ੍ਹਾਂ ਕਰਦਾ ਹੈਗਾ ਅੱਛਾ ਉਸ ਤੋਂ ਬਾਅਦ ਫਿਰ 5-7 ਮਿੰਟ 10 ਮਿੰਟ ਮੌਲਵੀ ਨੇ ਜ਼ਰੂਰ ਗੱਲ ਕਰਨੀ ਹੈਗੀ ਹੈ ਅੱਛਾ ਉਹਨੂੰ ਇਹ ਨਹੀਂ ਸਮਝ ਲੱਗਦੀ ਹੈਗੀ ਕਿ ਜਿਹੜੇ ਸੜਕਾਂ 'ਤੇ ਜਾ ਰਹੇ ਨੇ ਮੁਹੱਲਿਆਂ 'ਚ ਆਪਣੇ ਕੰਮ ਕਰਦੇ ਨੇ ਘਰਾਂ ਦੇ ਵਿੱਚ ਲੋਕ ਕੰਮ ਕਰਨ ਡੇ ਨੇ ਉਹਦਾ ਕੀ ਖਿਆਲ ਹੈਗਾ ਕਿ ਉਹ ਸਰ ਫੜ ਕੇ ਤਾਂ ਸੁਣਨ ਡੇ ਨੇ ਕਿ ਮੌਲਵੀ ਕੀ ਕਹਿ ਰਹੇ ਮੌਲਵੀ ਨੂੰ ਇਹ ਨਹੀਂ ਸਮਝ ਲੱਗਦੀ ਕਿ ਮੈਂ ਆਪਣੀ ਗੱਲ ਦੀ ਆਪ ਹੀ ਤਸਦੀਕ ਕਰ ਰਿਹਾ ਯਾਨੀ ਕਿ ਅਸੀਂ ਦੋਸਤ ਯਾਨੀ ਕਿ ਨਾ ਅਸੀਂ ਗੱਲ ਕਰ ਰਹੇ ਹੋ ਕਿਸੇ ਦਾ ਧਿਆਨ ਇੱਧਰ ਹੋ ਜਾਣਾ ਤਗਲਾ ਕਹਿੰਦਾ ਛੱਡ ਯਾਰ ਮੈਂ ਗੱਲ ਨਹੀਂ ਕਰਦੇ ਤਵੱਜੋ ਚਾਹੀਦੀ ਹੁੰਦੀ ਨਾ ਤਵੱਜੋ ਚਾਹੀਦੀ ਹੁੰਦੀ ਹਾਂਜੀ ਤੂੰ ਮੇਰੀ ਗੱਲ ਹੀ ਨਹੀਂ ਸੁਣਨਾ ਚਾਹੁੰਦਾ ਯਾਰ ਮੈਂ ਤੇਰੇ ਨਾਲ ਗੱਲ ਕਿਉਂ ਕਰਾਂ ਬਿਲਕੁਲ ਸਹੀ ਔਰ ਇਹਨਾਂ ਨੂੰ ਇਹ ਸਮਝ ਨਹੀਂ ਲੱਗਦੀ ਕਿ ਦੀਦੀ ਗੱਲ ਕਰਦੇ ਨੇ ਤੇ ਗੱਲ ਕੋਈ ਸੁਣਨਾ ਨਹੀਂ ਚਾਹੁੰਦਾ ਸ਼ੌਕ ਸਾਹਿਬ ਮੈਂ ਅੱਖੀ ਵੇਖਿਆ ਜੇ ਕਿ ਮਸਜਿਦਾਂ 'ਚ ਵੀ ਲੋਕ ਮੋਬਾਈਲ ਇਸਤੇਮਾਲ ਕਰਨ ਤੋਂ ਬਾਅਦ ਨਹੀਂ ਆਉਂਦੇ ਹਾਂਜੀ
ਮਤਲਬ ਉਹ ਉਹਨਾਂ ਨੂੰ ਪਤਾ ਕਿ ਮੌਲਵੀ ਸਾਹਿਬ ਆਪਣੇ ਕੰਮ ਲੱਗੇ ਨੇ, ਉਹ ਆਪਣੇ ਕੰਮ ਲੱਗੇ ਨੇ। ਅੱਛਾ ਸ਼ੌਕ ਸਾਹਿਬ, ਪਹਿਲੇ ਇਹ ਮੈਨੂੰ ਦੱਸੋ ਕਿ ਤੁਸੀਂ ਮਾਸ਼ਾਅੱਲਾ ਜ਼ਾਹਿਰ ਸਿਆਣੇ ਬਿਆਣੇ ਆਦਮੀ ਹੋ, ਤੋ ਬੜੀ ਲੰਬੀ ਤੁਸੀਂ ਜ਼ਿੰਦਗੀ 'ਚ ਸਟਰਗਲ ਵੀ ਕੀਤੀ ਹੈ, ਅਤੇ ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ, ਇਹ ਬੜੀ ਮੈਂ ਅਹਿਮ ਗੱਲ ਕਰ ਰਿਹਾ ਜੇ ਤੁਹਾਡੇ ਨਾਲ ਕਿ ਹੁਣ ਇਹਨੂੰ ਮਿੱਟੀ ਨਾ ਪਾ ਦੇਣਾ, ਕਿ ਕਿਆ ਸਾਡੇ ਬੱਚੇ ਜਿਹੜੇ ਨੇ ਉਹ ਇਹ ਤਿਉਹਾਰ ਨੂੰ ਜਿਹੜੇ ਸਾਡੇ ਮਜ਼ਹਬ ਦੇ ਨਾਲ ਜੁੜੇ ਨੇ, ਇਹ ਜਿਵੇਂ ਤੁਸੀਂ ਆਪ ਕਿਹਾ ਕਿ ਰਸਮਾਂ ਬਣ ਗਈਆਂ ਨੇ, ਕਿਆ ਅਸੀਂ ਆਪਣੀ ਇਹਨੂੰ ਵਾਪਸ ਆਪਣੇ ਅਸਲ ਵੱਲ ਲਿਆ ਸਕਾਂਗੇ, ਜਾਂ ਇੰਝ ਹੀ ਟੁੱਟਦਾ ਰਹੇਗਾ ਸਿਲਸਿਲਾ? ਸਰ ਜੀ, ਇਸ ਤੋਂ ਜ਼ਿਆਦਾ ਬਦਤਰ ਹੋਣਾ। ਉਹ ਮੇਰੇ ਅੱਲਾ, ਇਹ ਸਿਲਸਿਲਾ ਇਸ ਤਰ੍ਹਾਂ ਨਹੀਂ ਤੁਰਦਾ ਰਹਿਣਾ। ਅਜੇ ਵੀ ਕੁਛ ਨਾ ਕੁਛ 10-20% ਤੇ ਚਲੋ ਰੱਖ ਰੁਖਾ ਹੈਗਾ, ਠੀਕ, ਲੇਕਿਨ ਇੱਕ ਨਸਲ ਮੌਜੂਦ ਹੈ ਉਹ ਪੁਰਾਣੀ, ਇੱਕ ਜਿਹੜੀ ਅੱਜ ਆਉਣ ਵਾਲੀ ਨਸਲ, ਉਹ ਤੇ ਬਸ ਅੱਲਾ ਹੀ ਮਾਫੀ ਹੈਗਾ। ਤੁਸੀਂ ਟ੍ਰੈਫਿਕ ਦਾ ਨਿਜ਼ਾਮ ਦੇਖ ਲਓ, ਉਹ ਤੇ ਅਸੀਂ ਬੜਾ ਪਿੱਟਨੇ, ਠੀਕ ਹੈ ਨਾ, ਬੜਾ ਪਿੱਟਨੇ, ਯਾਨੀ ਕਿ ਨਾ ਉਹ ਅਖੀਰ ਹੋ ਗਈ ਹੋਈ ਕਿਸੇ ਪਾਸੇ ਵੀ ਸ਼ੌਕ ਸਾਹਿਬ। ਅੱਛਾ, ਇਹਦਾ ਮੈਨੂੰ ਜਿਹੜਾ ਇਹਦਾ ਇੱਕ ਸਮਝ ਲੱਗਦੀ ਹੈ, ਹਾਂਜੀ, ਕਹਿੰਦੇ ਨੇ ਕਿ ਜਿਹੋ ਜਿਹਾ ਬੀਜ ਪਾਓ ਨਾ ਉਹੋ ਜਿਹੀ ਫਸਲ ਉੱਗਦੀ ਹੈ। ਬਿਲਕੁਲ ਠੀਕ, ਠੀਕ ਹੈ ਨਾ, ਬਿਲਕੁਲ। ਅਸੀਂ ਜਿਹੋ ਜਿਹਾ ਆਪਣੇ ਬੱਚਿਆਂ ਨੂੰ ਸਿਖਾ ਰਹੇ ਹਾਂ ਜਾਂ ਸਿਖਾ ਨਹੀਂ ਰਹੇ, ਅਮਲੀ ਨਮੂਨਾ ਜਿਹੜਾ ਅਸੀਂ ਆਪ ਕਰਨੇ ਹਾਂ, ਇੱਕ ਤਾਂ ਸਾਡੀ ਬੇਤਰਤੀਬੀ ਦਾ ਅਸੀਂ ਆਪਣੀ ਜ਼ਿੰਦਗੀ ਬੱਚਿਆਂ ਦੇ ਸਾਹਮਣੇ ਗੁਜ਼ਾਰਦੇ ਹਾਂ, ਦੂਸਰਾ ਵਾਇਲੇਸ਼ਨ ਕਰਨਾ ਆਪਣਾ ਹੱਕ ਸਮਝਦੇ ਹਾਂ ਬੱਚਿਆਂ ਸਾਹਮਣੇ ਕਰਦੇ ਹਾਂ, ਬਿਲਕੁਲ, ਤੀਸਰਾ ਘਰ ਵਾਲਿਆਂ ਨੂੰ ਪਤਾ ਕਿ ਇਹਦੇ ਵਸਾਇਲ ਇੰਨੇ ਨਹੀਂ ਹੈਗੇ, ਲੇਕਿਨ ਠਾਠ ਫਾਠ ਦੀ ਜ਼ਿੰਦਗੀ ਫਿਰ ਵੀ ਗੁਜ਼ਾਰਦਾ, ਕਿਉਂਕਿ ਅੱਬਾ ਫਲਾਂ ਪੋਸਟ ਤੇ ਹੈਗਾ, ਅੱਬੇ ਦਾ ਹੱਥ ਚੱਲਦਾ, ਉਹਦਾ ਧਿਆਨ ਕੋਈ ਨਹੀਂ, ਹਾਂਜੀ, ਬਿਲਕੁਲ, ਅੱਬਾ ਟਕਾ ਕੇ ਹਰਾਮ ਖਾਂਦਾ ਹੈ, ਸਭ ਉਹਨਾਂ ਨੂੰ ਪਤਾ ਹੈਗਾ, ਉਹਦੀ ਵਜ੍ਹਾ ਨਾਲ ਨਾ ਤਾਂ ਅੱਬੇ ਦੀ ਇੱਜ਼ਤ ਹੈਗੀ ਹੈ, ਬਿਲਕੁਲ, ਦੌਲਤ ਨਾਲ ਨਹੀਂ ਇੱਜ਼ਤ ਲਿੱਤੀ ਜਾ ਸਕਦੀ, ਬਿਲਕੁਲ, ਜਾਇਜ਼ ਦੌਲਤ ਵੀ ਤਾਂ ਹੋਵੇ ਨਾ ਤੁਹਾਡੀ, ਅਗਰ ਆਮਦਨ ਜਾਇਜ਼ ਹੈ, ਉਹਦੀ ਗੱਲ ਕਰ ਲਗਾ ਸੀ ਆਪਣਾ ਖਵਾ ਸਾਹਿਬ, ਜੀ ਜੀ, ਕਿ ਯਾਨੀ ਕਿ ਨਾ ਇੱਜ਼ਤ ਸਿਰਫ ਕਿਰਦਾਰ ਦੀ ਹੁੰਦੀ ਹੈ, ਬੇਸ਼ੱਕ ਹੈ, ਸਹੀ, ਤੇ ਜਦੋਂ ਅੱਬੇ ਦਾ ਕਿਰਦਾਰ ਹੀ ਹੈਗਾ ਕਿ ਬਦਿਆਨਤ ਹੈਗਾ, ਸਹੀ ਹੈ, ਹਾਂਜੀ, ਲੁੱਟ ਮਾਰ ਕਰਕੇ ਲੋਕਾਂ ਨੂੰ ਲੁੱਟ ਕੇ ਲਿਆ ਰਿਹਾ, ਠੀਕ ਹੈ, ਤੇ ਉਹਦੇ 'ਚ ਕੀ ਬਰਕਤ ਪੈ ਗਈ? ਉਹਦੇ ਬਰਕਤ ਨਹੀਂ ਪੈ ਸਕਦੀ, ਉਹਦੀ ਬੀਵੀ, ਉਹਦੇ ਬੱਚੇ, ਯਾਨੀ ਕਿ ਨਾ ਕਿੰਨਾ ਕੁ ਸ਼ਰੀਫ ਰਹਿ ਸਕਦੇ ਨੇ, ਬਿਲਕੁਲ, ਐਸੇ ਸਿਸਟਮ ਵੀਹ ਦੀ ਗਲਤ ਬੋਲਿਆ ਜਾ ਰਿਹਾ, ਕਿੰਨੇ ਫੀਸਦ ਅੱਜ ਕੱਲ੍ਹ ਲੋਕਾਂ ਦੇ ਵਿੱਚ ਹੈਗਾ ਕਿ ਹਲਾਲ ਦੀ ਰਿਜ਼ਕ ਜਾ ਰਿਹਾ ਹੈਗਾ। ਚਲੋ ਜੀ, ਚਲੋ, ਬਹੁਤ ਸ਼ੁਕਰੀਆ ਜੀ ਸੱਜਣਾ ਬੇਲੀਓ, ਅਸੀਂ ਬਹੁਤ ਸਾਰਾ ਅਸੀਂ ਮੁਖਤਲਿਫ ਮੌਜੂਆਤ 'ਤੇ ਗੱਲ ਕਰਨ ਦੀ ਇਸ ਲਈ ਕੋਸ਼ਿਸ਼ ਕਰਦੇ ਹਾਂ ਕਿ ਬਾਅਦ ਵਕਤ ਸਾਡੇ ਦੋਸਤ ਸਾਨੂੰ ਪੈਗਾਮ ਵੀ ਭਿਜਵਾਉਂਦੇ ਨੇ ਕਿ ਯਾਰ ਇਸ ਮੌਜੂ 'ਤੇ ਤੁਸੀਂ ਆਪਣੀ ਰਾਏ ਦਿਓ। ਔਰ ਸ਼ੌਕ ਸਾਹਿਬ, ਚੂੰਕਿ ਬਹੁਤ ਸਿਆਣੇ ਮੰਨੇ ਜਾਂਦੇ ਨੇ ਪੂਰੇ ਸੋਸ਼ਲ ਮੀਡੀਆ 'ਤੇ, ਇਹਨਾਂ ਦੀਆਂ ਗੱਲਾਂ ਇਹਨਾਂ ਦੇ ਨਸਲ ਪਾਰੇ ਬੜੇ ਲੋਕ ਪਸੰਦ ਵੀ ਕਰਦੇ ਨੇ, ਅਤੇ ਇਹਨਾਂ ਨਾਲ ਪ੍ਰੋਗਰਾਮ ਕਰਨ ਦਾ ਮਕਸਦ ਵੀ ਇਹ ਹੀ ਹੈ ਕਿ ਇੱਕ ਆਮ ਪਾਕਿਸਤਾਨੀ ਸ਼ਹਿਰੀ ਉਹਦੇ ਕੀ ਜਜ਼ਬਾਤ ਨੇ ਹਾਲਾਤ ਦੇ ਬਾਰੇ 'ਚ, ਹਕੂਮਤ ਦੇ ਬਾਰੇ 'ਚ, ਔਰ ਆਪਣੇ ਇਰਦ ਗਿਰਦ ਦੇ ਮਾਹੌਲ ਦੇ ਬਾਰੇ 'ਚ। ਇੱਕ ਵਾਰੀ ਫਿਰ ਤੁਹਾਨੂੰ ਬਹੁਤ ਸਾਰੀ ਮੁਬਾਰਕ ਹੋਵੇ ਵੱਡੀ ਈਦ ਦੀ, ਔਰ ਅੱਲਾਹ ਤਾਲਾ ਸਾਡੇ ਸਾਰਿਆਂ ਲਈ ਆਸਾਨੀਆਂ ਰੱਖੇ, ਜਿਨ੍ਹਾਂ ਜਿਨ੍ਹਾਂ ਨੇ ਦੋਸਤਾਂ ਨੇ ਜਿਨ੍ਹਾਂ ਜਿਨ੍ਹਾਂ ਨੇ ਈਦੇ ਕੁਰਬਾਨ 'ਚ ਹਿੱਸਾ ਪਾਇਆ, ਜਿਨ੍ਹਾਂ ਨੇ ਆਪਣੀ ਇਸਤਤਾਤ ਦੇ ਨਾਲ ਆਪਣੀ ਇਸਤਤਾਤ ਤੋਂ ਵੱਧ ਆ ਕੇ ਕੁਰਬਾਨੀ ਕੀਤੀ, ਅੱਲਾਹ ਤਾਲਾ ਉਹ ਕਬੂਲ ਮਨਜ਼ੂਰ ਫਰਮਾਵੇ। ਜਿਹੜੇ ਦੋਸਤ ਬਾਪ ਸਾਡੇ ਹੱਜ ਦੀ ਸਾਦਤ ਹਾਸਲ ਕਰਕੇ ਗਏ ਆਏ ਨੇ, ਉਹਨਾਂ ਨੂੰ ਵੀ ਬਹੁਤ ਸਾਰੀਆਂ ਮੁਬਾਰਕਾਂ ਹੋਣ, ਅਤੇ ਇਨਸ਼ਾਅੱਲਾ ਬਹੁਤ ਜਲਦ ਇੱਕ ਨਵੀਂ ਗੱਲਬਾਤ ਦੇ ਨਾਲ, ਸ਼ੌਕਤ ਸ਼ਰੀਫ ਸਾਹਿਬ ਦੇ ਨਾਲ, ਐਸੇ ਹੈਟ ਦੇ ਨਾਲ ਅਸੀਂ ਦੁਬਾਰਾ ਆਵਾਂਗੇ। ਰੱਬ ਰੱਖ, ਰੱਬ ਰੱਖ ਜੀ, ਅੱਲਾ ਮਿਲੀ।